ਤਰਨਤਾਰਨ ਚੋਂ ਵੱਡੀ ਵਾਰਦਾਤ, ਬੈਂਕ ਲੁੱਟਣ ਆਏ ਲੁਟੇਰੇ ਨੇ ਪੁਲਿਸ ਮੁਲਾਜ਼ਮ ਨੂੰ ਮਾਰੀ ਗੋਲੀ, ਅਲਰਟ ਜਾਰੀ, ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ। ਤਰਨਤਾਰਨ ਦੇ ਪਿੰਡ ਢੋਟੀਆਂ 'ਚੋਂ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ 'ਚੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਨਕਾਬਪੋਸ਼ ਹਥਿਆਰਬੰਦ ਲੁਟੇਰੇ ट्यूटोरियल्स के लिए विजिट कीजिए www.mtctutorials.com और डाउनलोड कीजिए फ्री टेम्पलेट। ਭਾਅ ਜੀ ਇੱਦਾਂ ਮਤਲਬ ਵੀ ਮੰਮੀ ਆਏ ਸੀ ਬੈਂਕ 'ਚੋਂ ਸਾਹਮਣੇ ਪੈਸੇ ਕਢਾ ਗਏ ਅਤੇ ਮੈਨੂੰ ਪੈਸੇ ਫੜਾਉਣ ਲੱਗੇ ਅਤੇ ਮੈਨੂੰ ਆਵਾਜ਼ ਮਾਰੀ ਇੱਥੇ ਕਸਟਮਰ ਬੈਠੇ ਸੀ ਦੁਕਾਨ 'ਤੇ ਅਤੇ ਮੈਂ ਆਉਣਾ ਵਾ ਇੱਥੇ ਮਦਰ ਖਲੋਤੇ ਸੀ ਅਤੇ ਮੁੜ ਕੇ ਇੱਕਦਮ ਕਿਤੇ ਰੌਲਾ ਪਿਆ ਵਾ ਅਤੇ ਬੰਦੇ ਪੈ ਗਏ ਇੱਥੇ ਭਾਅ ਜੀ ਬਲਵਿੰਦਰ ਆਪਣੇ ਜਿਹੜੇ SI ਆ ਉਹ ਅਖਬਾਰ ਪੜ੍ਹਨ ਡੇ ਸੀ ਉਹ ਇੱਕਦਮ ਪਿਸਟਲ ਲੈ ਕੇ ਬਾਹਰ ਨੂੰ ਭੱਜੇ ਅਤੇ ਉਹਨਾਂ ਮੈਨੂੰ ਕਿਹਾ ਸੀ ਕਿ ਤੂੰ ਆਪਦਾ ਮਤਲਬ ਬੰਦ ਕਰ ਲੈ ਮੇਰੇ ਨਾਲ ਇੱਥੇ ਮਤਲਬ ਕੰਮ ਕਰਵਾਉਣ ਡੇ ਸੀ ਵੀਰ ਉਹ ਵੀ ਮੁੜ ਕੇ ਅੰਦਰ ਮਤਲਬ ਮੇਰੇ ਨਾਲ ਬੈਠੇ ਰਹੇ ਵੀ ਜਿੰਨਾ ਚਿਰ ਤਾਂ ਮੁੜ ਕੇ ਗਾੜੀ ਰੌਲਾ ਪੈ ਗਿਆ ਫਿਰ ਮੈਂ ਬਾਹਰ ਆਇਆ ਜਦੋਂ ਭਾਅ ਜੀ ਹੁਣੀ ਇੱਥੇ ਮਤਲਬ ਡਿੱਗੇ ਸੀ ਜਿਹਨਾਂ ਗੋਲੀਆਂ ਚਲਾਈਆਂ ਪਤਾ ਲੱਗਾ ਉਹਨਾਂ ਦੇ ਕਿੰਨੇ ਨਹੀਂ ਉਹਨਾਂ ਦਾ ਨਹੀਂ ਭਾਅ ਜੀ ਪਤਾ ਲੱਗਾ ਕਿੰਨੇ ਬੰਦੇ ਸੀ ਕੌਣ ਨਹੀਂ ਇਹਨਾਂ ਦਾ ਨਹੀਂ ਭਾਅ ਜੀ ਪਤਾ ਲੱਗਾ ਕਿੰਨੇ ਬੰਦੇ ਸੀ ਹਾਂਜੀ ਇਹ ਭਾਅ ਜੀ ਬਲਵਿੰਦਰ ਸਿੰਘ ਇਕੱਲੇ ਸੀ ਹਾਂਜੀ ਭਾਈ ਭਾਈ ਬੰਦੇ ਪੈ ਗਏ ਭਾਈ ਕਿੰਨੇ ਬੰਦੇ ਅੰਦਰ ਲੰਘੇ ਹੁੰਦੇ ਇਹ ਨਹੀਂ